सत श्री अकाल जी, तुसी वेख रहे हो डी5 चैनल पंजाबी ते मैं मनदीप सिंह बल्लों पर। इस वेले दी इक वड्डी अहम खबर बेअदबी मामले नाल जुड़ी हुई सामने आ रही है। तुहानू दस दईए कि जो पंजाब सरकार दे वल्लों सिख जथेबंदियां तों डेढ़ महीने का समा मंगया गया सी, उह अज पूरा हो चुक्या है ते अज सिख जथेबंदियां दे वल्लों अगली रणनीति तैयार की जा रही है। की है पूरी रणनीति, आओ तुहानू उस दे बारे दस दें। ते साडे नाल साडे फरीदकोट तो डी5 चैनल पंजाबी दे रिपोर्टर गुरजीत रोमाणा जुड़ चुके ने, और उन्होंने तो जानते हैं की है पूरी कहानी। गुरजीत रोमाणा जी, जेड़ा सरकार दे वल्लों सिख जथेबंदियों तो डेढ़ महीने का समा मंगया गया सी, वो पूरा हो गया, हुण अगली रणनीति की है सिख जथेबंदियों दी? बिल्कुल जी मनदीप, जेकर गल करिए तां आपां जिहड़ा लंबे समय तों 1 साल दे करीब दा जिहड़ा टाइम होणा जा रहा है, जिहड़ा ਬੈਬਲ ਕਲਾਂ ਦੇ ਵਿੱਚ ਬੀਐਲਬੀ ਇਨਸਾਫ ਮੋਰਚਾ ਜਿਹੜਾ ਉੱਥੇ ਲੱਗਿਆ, ਸਵਰਾਜ ਜਿਹੜੀ ਅਸੀਂ ਅਗਵਾਈ ਕਰਦੇ ਨੇ, ਜਿਹੜੇ ਕ੍ਰਿਸ਼ਨ ਭਗਵਾਨ ਸਿੰਘ ਉੱਥੇ ਜਿਹੜੇ ਜਿਹਨਾਂ ਦੀ ਜਾਨ ਗਈ ਸੀ ਉਹਨਾਂ ਦੇ ਸਪੁੱਤਰ ਨੇ ਇਹ ਜੀ ਸਰਕਾਰ, ਇਹਨਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ। ਕਿਉਂਕਿ ਜੇ ਆਪਾਂ ਪੰਜਾਬ ਸਰਕਾਰ ਆ ਜਿਹੜੀ ਹੁਣ ਮੌਜੂਦਾ ਆਮ ਆਦਮੀ ਪਾਰਟੀ ਦੀ, ਇਹਨਾਂ ਨੇ ਵੀ ਇਹੀ ਵਾਅਦੇ ਕੀਤੇ ਸੀ ਕਿ ਅਸੀਂ ਪਹਿਲ ਦੇ ਆਧਾਰ ਤੇ ਜਿਹੜਾ ਇਨਸਾਫ਼ ਦਵਾਵਾਂਗੇ। 24 ਘੰਟਿਆਂ ਦੀ ਗੱਲਾਂ ਵੀ ਹੋਈਆਂ ਸੀਗੀਆਂ, ਉਸ ਤੋਂ ਬਾਅਦ ਇਹਨਾਂ ਨੇ ਇਨਸਾਫ਼ ਦੀ ਮੰਗ ਕੀਤੀ ਹੈ। ਪਹਿਲਾਂ ਇਹਨਾਂ ਵੱਲੋਂ ਜਿਹੜਾ ਟੀਮ ਬਣਾਈ ਗਈ ਹੈ, ਇੱਕ ਪੈਨਲ ਬਣਾਇਆ ਗਿਆ, ਜਿਹੜੀਆਂ ਉਹਨਾਂ ਵੱਲੋਂ ਜਿਹੜੀ ਜਾਂਚ ਕੀਤੀ ਗਈ, 3 ਮਹੀਨੇ ਦਾ ਸਮਾਂ ਜਿਹੜਾ ਮੰਗਿਆ ਸੀਗਾ, ਫਿਰ 15 ਦਿਨ ਦਾ ਸਮਾਂ ਰੱਖਿਆ ਸੀ, ਪਰ ਫਿਰ ਵੀ ਜਿਹੜਾ ਉਹਨਾਂ ਦਾ ਮੰਨਣਾ ਕਿ ਉਹਨਾਂ ਨੂੰ ਜਿਹੜਾ ਇਨਸਾਫ਼ ਚਾਹੀਦਾ ਸੀ ਉਹਨਾਂ ਨੂੰ ਨਹੀਂ ਮਿਲਿਆ। ਲਗਾਤਾਰ 15-15 ਦਿਨ ਵਕਫੇ ਦੇ ਨਾਲ ਜਿਹੜਾ ਉਹਨਾਂ ਵੱਲੋਂ ਇਕੱਠ ਕੀਤਾ ਜਾਂਦਾ ਸੀਗਾ, ਮੈਸੇਜ ਸਰਕਾਰ ਤੱਕ ਪਹੁੰਚਾਇਆ ਜਾਂਦਾ ਸੀਗਾ। ਤੇ ਹੁਣ ਪਿਛਲੇ ਸਮੇਂ ਦੀ ਗੱਲ ਕਰੀਏ, 14 ਅਕਤੂਬਰ ਦੀ, 14 ਅਕਤੂਬਰ ਨੂੰ ਜਿਹੜਾ ਇੱਕ ਵੱਡਾ ਸਮਾਗਮ ਜਿਹੜਾ ਉੱਥੇ ਰੱਖਿਆ ਗਿਆ, ਸ਼ਹੀਦੀ ਸਮਾਗਮ ਵਜੋਂ ਜਿਹੜਾ ਉਸਨੂੰ ਮਨਾਇਆ ਗਿਆ ਸੀਗਾ, ਉਹ ਸਮਾਗਮ ਦੇ ਵਿੱਚ ਬਹੁਤ ਵੱਡਾ ਇਕੱਠ ਹੋਇਆ ਸੀ। ਭਾਈ ਅੰਮ੍ਰਿਤਪਾਲ ਸਿੰਘ ਜੀ ਉੱਥੇ ਪਹੁੰਚੇ ਸੀ, ਤੇ ਮੰਤਰੀ ਨੈਨੇਜਰ ਜੀ ਉਹ ਪਹੁੰਚੇ, ਕੁੰਵਰ ਵਿਜੇ ਪ੍ਰਤਾਪ ਪਹੁੰਚੇ, MLA ਸਾਹਿਬ ਇੱਕ ਹੋਰ ਨੇ ਉਹ ਪਹੁੰਚੇ, ਤੇ ਆਪਣੇ ਕੁਲਤਾਰ ਸਿੰਘ ਸੰਧਵਾ ਉੱਥੇ ਪਹੁੰਚੇ। ਕਾਫੀ ਵੱਡੀ ਕਾਰ ਦੇ ਗਿਣਤੀ ਦੇ ਵਿੱਚ ਇਕੱਠ ਸੀਗਾ। ਤਾਂ ਉੱਥੇ ਅਗਲੀ ਜਿਹੜੇ ਰਣਨੀਤੀ ਉਹਨਾਂ ਨੇ ਅਪਣਾਉਣੀ ਸੀਗੀ, ਉਸ ਤੋਂ ਪਹਿਲਾਂ ਕੁਲਤਾਰ ਸਿੰਘ ਸੰਧਵਾ ਨੇ ਇੱਕ ਬੜਾ ਜਿਹੜਾ ਭਾਵੁਕ ਹੋ ਕੇ ਉੱਥੇ ਜਿਹੜਾ ਲੋਕਾਂ ਨੂੰ ਭਰੋਸਾ ਦਵਾਇਆ, ਇੱਕ ਵੱਡਾ ਭਰੋਸਾ ਦਵਾਇਆ। ਉਹਨਾਂ ਨੇ ਕਿਹਾ ਕਿ ਮਹੀਨਾ ਡੇਢ ਮਹੀਨੇ ਦਾ ਸਮਾਂ ਦਿਓ, ਦੁੱਧ ਦਾ ਦੁੱਧ ਪਾਣੀ ਦਾ ਪਾਣੀ ਅਸੀਂ ਜਿਹੜਾ ਕਰਕੇ ਦਿਖਾਵਾਂਗੇ, ਜੋ ਇਨਸਾਫ਼ ਹੈ ਉਹ ਦੇ ਕੇ ਦੇਵਾਂਗੇ ਤੁਹਾਨੂੰ। ਇਸੇ ਜਗ੍ਹਾ ਤੇ ਉਹਨਾਂ ਨੇ ਕਿਹਾ ਸੀ 14 ਅਕਤੂਬਰ ਨੂੰ, ਇਸੇ ਜਗ੍ਹਾ ਤੇ ਅਸੀਂ ਜਿਹੜਾ ਸ਼ੁਕਰਾਨੇ ਵਜੋਂ ਇੱਕ ਜਿਹੜਾ ਅਰਦਾਸ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ, ਯਾਨੀ ਕਿ ਡੇਢ ਮਹੀਨੇ ਤੱਕ। ਤਾਂ ਇਹ ਉਹਨਾਂ ਨੇ ਜਿਹੜਾ ਕਿਹਾ ਸੀ ਕਿ ਜੇਕਰ ਉਹਨਾਂ ਨੇ ਨਾਲ ਇਹ ਵੀ ਗੱਲ ਕਹੀ ਸੀਗੀ, ਜੇ ਅਸੀਂ ਨਹੀਂ ਦੂਜਾ ਇਹ ਭਰੋਸਾ ਦਿੱਤਾ ਕਿ ਨਹੀਂ ਅਸੀਂ ਇਨਸਾਫ਼ ਦਵਾ ਸਕਦੇ, ਤਾਂ ਫਿਰ ਅਸੀਂ ਇਹੋ ਜਿਹੀਆਂ ਸਰਕਾਰਾਂ ਪੁੱਤੀ ਲੈਣਾ, ਤੇ ਸਾਡੀ ਸਰਕਾਰ ਤਾਂ ਗੁਰੂ ਗ੍ਰੰਥ ਸਾਹਿਬ ਜੀ ਵੱਲ ਅਰਥ ਕਰਕੇ ਉਹਨਾਂ ਨੇ ਕਿਹਾ ਕਿ ਸਾਡੀ ਸਰਕਾਰ ਤਾਂ ਇਹੀ ਹੈ। ਤਾਂ ਉਹ ਜਿਹੜਾ ਡੇਢ ਮਹੀਨਾ ਜਿਹੜਾ ਸਮਾਂ ਮੰਗਿਆ ਸੀ, ਉਹ ਕੱਲ 30 ਨਵੰਬਰ ਨੂੰ ਜਿਹੜਾ ਉਸਦਾ ਪੂਰਾ ਹੋ ਚੁੱਕਿਆ। ਤਾਂ ਉਸ ਤੋਂ ਬਾਅਦ ਹੁਣ ਜਿਹੜਾ ਸੁਖਰਾਜ ਸਿੰਘ ਨੇ ਜਿਹੜਾ ਵੱਡੇ ਸਵਾਲ ਖੜੇ ਕੀਤੇ ਸਰਕਾਰ ਦੇ ਖਿਲਾਫ, ਉਹਨਾਂ ਨੇ ਕਿਹਾ ਕਿ 24 ਘੰਟੇ ਦੇ ਵਿੱਚ ਇਨਸਾਫ਼ ਦੇਣ ਵਾਲੀ ਸਰਕਾਰ 8 ਮਹੀਨੇ ਉਹਨਾਂ ਦੇ ਹੱਥ ਖਾਲੀ ਹੈ। ਤਾਂ ਉਹਨਾਂ ਨੇ ਬਹੁਤ ਵੱਡੇ ਸਵਾਲ ਕੀਤੇ ਹੈ, ਖੜੇ ਕੀਤੇ ਹੈ ਕਿ ਜਿੰਨੇ ਹੁਣ MLA ਸਾਰੇ ਅਸਤੀਫ਼ਾ ਦੇਣ, ਸਰਕਾਰ ਅਸਤੀਫ਼ਾ ਦੇਵੇ। ਤਾਂ ਅੱਜ ਇੱਕ ਤੁਹਾਨੂੰ ਦੱਸ ਦਿੰਦੇ ਮਨਦੀਪ, ਜਿਹੜੀ ਪ੍ਰੈਸ ਕਾਨਫਰੰਸ ਅੱਜ ਰੱਖੀ ਗਈ ਹੈ, ਉਹਨਾਂ ਵੱਲੋਂ ਪ੍ਰੈਸ ਕਾਨਫਰੰਸ ਦੇ ਵਿੱਚ ਆਉਣ ਵਾਲੇ ਸਮੇਂ ਦੀ ਰਣਨੀਤੀ ਤਿਆਰ ਕੀਤੀ ਜਾਵੇਗੀ, ਵੱਡਾ ਲੋਕਾਂ ਨੂੰ ਸੱਦਾ ਦਿੱਤਾ ਜਾਵੇਗਾ, ਐਲਾਨ ਕੀਤਾ ਜਾਵੇਗਾ ਕਿਹੜੇ ਦਿਨ ਜਿਹੜਾ ਲੋਕ ਉੱਥੇ ਇਕੱਠੇ ਹੋਣਗੇ ਤੇ ਕੀ ਰੂਪ ਰੇਖਾ ਹੋਊਗੀ, ਇਹ ਜਿਹੜੀ ਸਾਰੀ 1 ਵਜੇ ਦੀ ਪ੍ਰੈਸ ਹੋਣੀ ਉਹਦੇ ਜਿਹੜੀ ਸਾਹਮਣੇ ਨਿਕਲ ਕੇ ਆਊਗੀ। ਜੀ ਜੀ, ਕਿਸੇ ਨਾ ਕਿਸੇ ਇਹਨਾਂ ਦੀ ਕਿਸੇ ਸਰਕਾਰ ਦੇ ਕਿਸੇ ਨੁਮਾਇੰਦੇ ਨਾਲ ਕੋਈ ਗੱਲਬਾਤ ਹੋਈ ਹੈ ਜੀ, ਜਾਂ ਕਿਸੇ ਸਰਕਾਰ ਨੇ ਪਹੁੰਚ ਕੀਤੀ ਹੋਵੇ ਇਹਨਾਂ ਤੱਕ ਕੋਈ ਇਨਸਾਫ਼ ਦੇ ਨਾਲ ਸੰਬੰਧਿਤ ਗੱਲਬਾਤ ਕੋਈ ਕੁਝ ਆਈ ਹੋਵੇ ਬਾਹਰ? ਜੀ ਮਨਦੀਪ, ਸਰਕਾਰ ਦੇ ਨੁਮਾਇੰਦਿਆਂ ਦੀ ਨਹੀਂ ਹਜੇ ਕੋਈ ਗੱਲਬਾਤ ਹੋਈ, ਇਹ ਵੀ ਜਾਣਕਾਰੀ ਮਿਲੀ ਸੀ ਪਿਛਲੇ ਦਿਨ, ਹੁਣ ਜਿਹੜਾ ਕੁਲਤਾਰ ਸਿੰਘ ਸੰਧਵਾ ਖੁਦ ਵੀ ਉੱਥੇ ਪਹੁੰਚੇ ਸੀ, ਗਏ ਸੀ ਉਹਨਾਂ ਕੋਲੇ, ਤੇ ਉਹਨਾਂ ਦੀ ਆਪ ਦੀ ਗੱਲਬਾਤ ਹੋਈ ਹੈ। ਦੂਜੀ ਆਪਾਂ ਗੱਲ ਕਰੀਏ, ਸਰਕਾਰ ਕਿਤੇ ਨਾ ਕਿਤੇ ਐਕਸ਼ਨ ਮੋਡ ਦੇ ਵਿੱਚ ਜ਼ਰੂਰ ਆਈ ਹੈ, ਕਿਉਂਕਿ ਜਿਹੜੀਆਂ ਸੈੱਟ ਬਣੀਆਂ ਗੋਲੀਕਾਂਡ ਮਾਮਲੇ ਨੂੰ ਲੈ ਕੇ, ਕੋਟਕਪੁਰਾ ਗੋਲੀਕਾਂਡ ਮਾਮਲੇ ਨੂੰ ਲੈ ਕੇ, ਬਹਿਬਲ ਕਲਾਂ ਗੋਲੀਕਾਂਡ ਮਾਮਲੇ ਨੂੰ ਲੈ ਕੇ, ਤਾਂ ਉਹ ਦੋਨੋਂ ਜਿਹੜੀਆਂ ਸੈੱਟਸ ਹੈ ਉਹ ਆਪਦੀਆਂ ਜਿਹੜਾ ਕੰਮ ਕਰਨ ਲੱਗੀਆਂ, ਬੜੀ ਜਿਹੜਾ ਗਰਾਊਂਡ ਲੈਵਲ 'ਤੇ ਉਹਨਾਂ ਵੱਲੋਂ ਵਰਕ ਕੀਤਾ ਜਾ ਰਿਹਾ। ਪਿਛਲੇ ਦਿਨੀ ਜਿਹੜੀ LK ਜਾਧਵ ਦੀ ਕੋਟਕਪੁਰਾ ਗੋਲੀਕਾਂਡ ਮਾਮਲੇ ਨੂੰ ਲੈ ਕੇ SIT ਬਣੀ ਸੀ, ਉਹ ਇੱਥੇ ਪਹੁੰਚੀ ਹੈ, ਬੜੀ ਬਰੀਕੀ ਦੇ ਨਾਲ ਉਹਨਾਂ ਨੇ ਸਰਚ ਕੀਤੀ ਹੈ ਉਸੇ ਥਾਂ 'ਤੇ, ਉਸੇ ਜਗ੍ਹਾ 'ਤੇ, ਕਿਤੇ ਕੋਟਕਪੁਰਾ ਵਾਲੇ ਬੱਤੀਆਂ ਵਾਲੇ ਚੌਂਕ ਦੇ ਵਿੱਚ ਇਹ ਘਟਨਾ ਵਾਪਰੀ ਸੀਗੀ। ਉਸ ਘਟਨਾ ਤੋਂ ਬਾਅਦ ਜਿਹੜੀ ਇੱਥੇ ਬਹਿਲ ਕਲਾਂ ਦੇ ਵਿੱਚ ਘਟਨਾ ਵਾਪਰਦੀ ਹੈ, ਬਹਿਲ ਕਲਾਂ ਦੇ ਵਿੱਚ ਗੋਲੀ ਚੱਲਦੀ ਹੈ, ਉਸ ਥਾਂ 'ਤੇ ਵੀ, ਉਸ ਸਪਾਟ 'ਤੇ ਵੀ ਜਿਹੜੀ ਨੌ ਨਿਹਾਲ ਸਿੰਘ ਦੀ ਜਿਹੜੀ ਬਹਿਬਲ ਕਲਾਂ ਗੋਲੀਕਾਂਡ ਮਾਮਲੇ ਨੂੰ ਲੈ ਕੇ ਜਿਹੜੀ SIT ਬਣੀ ਹੈ ਉਹ ਉੱਥੇ ਪਹੁੰਚੀ, ਸੈੱਟ ਦੇ ਸਾਰੇ ਮੈਂਬਰ ਪਹੁੰਚੇ,
ਉੱਥੇ ਉਹਨਾਂ ਨੇ ਉਸੇ ਜਗ੍ਹਾ ਤੇ ਜਿਸ ਜਗ੍ਹਾ ਤੇ ਸੰਗਤ ਬੈਠੀ ਸੀ ਗੋਲੀ ਚੱਲੀ ਸੀਗੀ, ਦੋ ਲੋਕਾਂ ਦੀ ਜਾਨ ਗਈ ਸੀ, ਉੱਥੇ ਰੁਕ ਕੇ ਉੱਥੇ ਉਹ ਲੋਕ ਵੀ ਉਹਨਾਂ ਨੇ ਬੁਲਾਏ ਜਿਹੜੇ ਉਸ ਸਮੇਂ ਮੌਜੂਦ ਸੀ, ਉਹਨਾਂ ਨਾਲ ਵੀ ਗੱਲਬਾਤ ਕੀਤੀ। ਉਸ ਤੋਂ ਬਾਅਦ ਆਪਾਂ ਫਰੀਦਕੋਟ ਦੀ ਗੱਲ ਕਰੀਏ, ਫਰੀਦਕੋਟ ਦੇ ਵਿੱਚ ਇੱਥੇ ਆਫਿਸ ਬਣਿਆ ਐਸ ਆਈ ਟੀ ਦਾ, ਤਾਂ ਇਸ ਆਫਿਸ ਦੇ ਵਿੱਚ ਵੀ ਪਿਛਲੇ ਦਿਨ ਜਿਹੜਾ ਇਸ ਜਿਹੜੀ ਸੈਟ ਐਲ ਕੇ ਯਾਦਵ ਦੀ ਗੋਲੀਕਾਂਡ ਮਾਮਲੇ ਨੂੰ ਲੈ ਕੇ ਉਹਦੇ ਮੈਂਬਰ ਨੇ ਐਸ ਐਸ ਪੀ ਮੋਗਾ ਗੁਰਲੀਨ ਖੁਰਾਣਾ ਉਹ ਇੱਥੇ ਪਹੁੰਚੇ, ਉਹਨਾਂ ਨੇ ਜਿਹੜੇ ਲੋਕਾਂ ਦੇ ਜਾਂ ਪੁਲਿਸ ਕਰਮੀਆਂ ਦੇ ਉਸ ਵਕਤ ਜਿਹੜੇ ਇੰਜਟ ਹੋਏ ਸੀ ਜਾਂ ਹੋਰ ਉਹਨਾਂ ਦੇ ਜਿਹੜੇ ਬਿਆਨ ਕਲਮਬੰਦ ਕੀਤੇ ਹੈ, ਤਾਂ ਕਿਤੇ ਨਾ ਕਿਤੇ ਜਿਹੜੀ ਪੰਜਾਬ ਸਰਕਾਰ ਐਕਸ਼ਨ ਮੋਡ ਦੇ ਵਿੱਚ ਜ਼ਰੂਰ ਹੈ, ਪਰ ਉਸ ਜਿਹੜਾ ਮੋਰਚੇ ਦਾ ਜਾਂ ਲੋਕਾਂ ਦਾ ਜਾਂ ਸੰਘ ਦਾ ਮੰਨਣਾ ਹਜੇ ਤੱਕ ਜਿਹੜਾ ਉਹਨਾਂ ਨੂੰ ਇਨਸਾਫ਼ ਚਾਹੀਦਾ, ਉਸ ਇਨਸਾਫ਼ ਵਾਲੇ ਪਾਸੇ ਸਰਕਾਰ ਨਹੀਂ ਜਾ ਰਹੀ। ਤਾਂ ਹੁਣ ਦੇਖਦੇ ਹਾਂ ਅੱਜ ਕੀ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਪ੍ਰੈਸ ਵਾਰਤਾ ਦੇ ਵਿੱਚ ਐਲਾਨ ਕੀਤਾ ਜਾਂਦਾ, ਕੀ ਰੂਪ ਰੇਖਾ ਤਿਆਰ ਕੀਤੀ ਜਾਂਦੀ ਹੈ, ਕਿਹੜਾ ਦਿਨ ਚੁਣਦੇ? ਜੀ ਜੀ, ਬਹੁਤ ਬਹੁਤ ਧੰਨਵਾਦ ਰਮਨ ਸਾਹਿਬ। ਦੱਸ ਦਈਏ ਕਿ ਪੰਜਾਬ ਦੀਆਂ ਚੋਣਾਂ ਦੌਰਾਨ ਅਰਵਿੰਦ ਕੇਜਰੀਵਾਲ ਹੋਰਾਂ ਦੇ ਵੱਲੋਂ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਗਿਆ ਸੀ ਕਿ ਜੇਕਰ ਪੰਜਾਬ ਦੇ ਵਿੱਚ ਮਾਨ ਸਰਕਾਰ ਬਣਦੀ ਹੈ ਤਾਂ ਅਸੀਂ 24 ਘੰਟੇ ਦੇ ਵਿੱਚ ਬੇਅਦੀ ਮਾਮਲੇ ਨੂੰ ਦੇ ਵਿੱਚ ਇਨਸਾਫ ਕਰਾਂਗੇ, ਪਰ ਆਖਿਰਕਾਰ 8 ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਸਰਕਾਰ ਦੇ ਹੱਥ ਹਾਲੇ ਖਾਲੀ ਨੇ। ਹੁਣ ਵੇਖਣਾ ਹੋਵੇ ਕਿ ਮਾਨ ਸਰਕਾਰ ਕਦੋਂ ਸਿੱਖਾਂ ਨੂੰ ਇਸ ਮਾਮਲੇ ਦੇ ਵਿੱਚ ਇਨਸਾਫ ਦਵਾਉਂਦੀ ਹੈ ਜਾਂ ਫਿਰ ਪਿਛਲੀ ਸਰਕਾਰਾਂ ਦੇ ਵਾਂਗ ਹੀ ਲਾਰੇ ਲੱਪੇ ਲਾ ਕੇ ਇਹ 5 ਸਾਲ ਗੁਜ਼ਾਰਦੀ ਹੈ। ਸਤਿ ਸ਼੍ਰੀ ਅਕਾਲ, ਮੈਂ ਤੁਹਾਡਾ ਆਪਣਾ ਧਰਮਿੰਦਰ ਸੰਧੂ, ਖਬਰਾਂ ਦਾ ਸਿਰਾ ਪ੍ਰੋਗਰਾਮ। ਜੋ ਤੁਹਾਡਾ ਆਪਣਾ ਪ੍ਰੋਗਰਾਮ ਹੈ ਉਸਨੂੰ ਤੁਸੀਂ ਰੋਜ਼ਾਨਾ ਸਵੇਰੇ ਦੇਖਦੇ ਹੋ, ਪਰ ਇਸ ਪ੍ਰੋਗਰਾਮ ਦੇ ਵਿੱਚ ਹੁਣ ਥੋੜ੍ਹੀ ਜਿਹੀ ਤਬਦੀਲੀ ਆਈ ਹੈ, ਤਬਦੀਲੀ ਸਮੇਂ 'ਚ ਆਈ ਹੈ। ਭਾਰਤੀ ਸਮੇਂ ਦੇ ਮੁਤਾਬਕ ਇਹ ਪ੍ਰੋਗਰਾਮ ਹੁਣ ਤੁਸੀਂ ਸਵੇਰੇ 7 ਵਜੇ ਲਾਈਵ ਦੇਖ ਸਕੋਗੇ, ਯਾਨੀ ਕਿ ਭਾਰਤੀ ਸਮਾਂ ਜਦੋਂ ਭਾਰਤ ਦੇ ਵਿੱਚ 7 ਵੱਜਦੇ ਨੇ ਤਾਂ ਉਦੋਂ ਤੁਸੀਂ ਇਹ ਪ੍ਰੋਗਰਾਮ ਦੇਖ ਸਕੋਗੇ। 7 ਤੋਂ ਲੈ ਕੇ 8 ਵਜੇ ਤੱਕ ਲਾਈਵ ਪ੍ਰੋਗਰਾਮ ਹੋਵੇਗਾ। ਜਿਸ ਤਰ੍ਹਾਂ ਰੋਜ਼ਾਨਾ ਤੁਸੀਂ ਆਪਣੇ ਹਰਮਨ ਪਿਆਰੇ ਪ੍ਰੋਗਰਾਮ ਦੇ ਨਾਲ ਜੁੜਦੇ ਹੋ, ਖਬਰਾਂ ਦਾ ਸਿਰਾ ਪ੍ਰੋਗਰਾਮ ਦਾ ਹਿੱਸਾ ਬਣਦੇ ਹੋ, ਉਸੇ ਤਰ੍ਹਾਂ ਹੀ 7 ਵਜੇ ਤੋਂ ਲੈ ਕੇ 8 ਵਜੇ ਤੱਕ ਵੀ ਤੁਸੀਂ ਰੋਜ਼ਾਨਾ ਜੁੜਨਾ ਹੈ। ਪਹਿਲਾਂ ਇਹ ਪ੍ਰੋਗਰਾਮ 8:30 ਤੋਂ ਲੈ ਕੇ 9:30 ਵਜੇ ਤੱਕ ਭਾਰਤੀ ਸਮੇਂ ਦੇ ਮੁਤਾਬਕ ਪ੍ਰਸਾਰਿਤ ਕੀਤਾ ਜਾਂਦਾ ਸੀ, ਲਾਈਵ ਕੀਤਾ ਜਾਂਦਾ ਸੀ। ਅਤੇ ਹੁਣ ਜਿਸ ਤਰ੍ਹਾਂ ਦੇ ਨਾਲ ਬਦਲਾਅ ਆਉਂਦੇ ਨੇ, ਮੌਸਮ ਦੇ ਵਿੱਚ ਵੀ ਬਦਲਾਅ ਆਉਂਦੇ ਨੇ, ਉਸੇ ਤਰ੍ਹਾਂ ਅਮੈਰੀਕਾ ਕੈਨੇਡਾ ਦਾ ਟਾਈਮ ਵੀ ਬਦਲ ਜਾਂਦਾ, ਤਾਂ ਉਹਦੇ ਮੁਤਾਬਕ ਅਸੀਂ ਵੀ ਥੋੜ੍ਹਾ ਜਿਹਾ ਬਦਲਾਅ ਕੀਤਾ, ਭਾਰਤੀ ਸਮਾਂ ਬਦਲ ਦਿੱਤਾ ਗਿਆ। ਭਾਰਤੀ ਸਮੇਂ ਦੇ ਮੁਤਾਬਕ ਇਹ ਪ੍ਰੋਗਰਾਮ ਹੁਣ ਜੋ ਤੁਹਾਡਾ ਆਪਣਾ ਪ੍ਰੋਗਰਾਮ ਹੈ ਖਬਰਾਂ ਦਾ ਸਿਰਾ, ਜਿਹਦਾ ਤੁਸੀਂ ਹਿੱਸਾ ਹੋ, ਪਰਿਵਾਰ ਦਾ ਹਿੱਸਾ ਹੋ D5 ਚੈਨਲ ਪੰਜਾਬੀ ਦੇ, ਉਹ ਪ੍ਰੋਗਰਾਮ ਹੁਣ ਤੁਸੀਂ ਸਵੇਰੇ 7 ਵਜੇ ਤੋਂ ਲੈ ਕੇ 8 ਵਜੇ ਤੱਕ ਲਾਈਵ ਦੇਖੋਗੇ। ਇਹਦੇ ਵਿੱਚ ਤੁਸੀਂ ਕਾਲ ਵੀ ਕਰ ਸਕਦੇ ਹੋ, ਸੁਝਾਅ ਦੇ ਸਕਦੇ ਹੋ, ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ, ਅਤੇ ਆਪਣੇ ਗਲੀ ਮੁਹੱਲੇ ਹਲਕੇ ਇਲਾਕੇ ਦਾ ਕੋਈ ਵੀ ਮੁੱਦਾ ਸਾਡੇ ਨਾਲ ਸਿੱਧੇ ਤੌਰ ਦੇ ਉੱਤੇ ਸਾਂਝਾ ਕਰ ਸਕਦੇ ਹੋ। ਅਤੇ ਇਸ ਪ੍ਰੋਗਰਾਮ ਦੇ ਵਿੱਚ ਉਸੇ ਤਰ੍ਹਾਂ ਹੀ ਗੁਰਨਾਮ ਸਿੰਘ ਕੀਦਾ, ਸੀਨੀਅਰ ਪੱਤਰਕਾਰ ਅਤੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਵੀ ਸ਼ਿਰਕਤ ਕਰਿਆ ਕਰਨਗੇ ਟਾਈਮ ਟੂ ਟਾਈਮ, ਅਤੇ ਨਾਲ ਹੀ ਮੈਂ ਵੀ ਤੁਹਾਡੇ ਨਾਲ ਹਾਜ਼ਰ ਹੋਇਆ ਕਰਾਂਗਾ। ਅਤੇ ਰੋਜ਼ਾਨਾ ਤੁਸੀਂ ਹੁਣ ਪ੍ਰੋਗਰਾਮ ਦੇਖਣਾ ਹੈ ਭਾਰਤੀ ਸਮੇਂ ਦੇ ਮੁਤਾਬਕ ਸਵੇਰੇ 7 ਤੋਂ ਲੈ ਕੇ 8 ਵਜੇ ਤੱਕ ਭਾਰਤੀ ਸਮੇਂ ਮੁਤਾਬਕ ਅਸੀਂ ਤੁਹਾਡੇ ਨਾਲ ਰੋਜ਼ਾਨਾ ਰੂਬਰੂ ਹੋਇਆ ਕਰਾਂਗੇ ਤੁਹਾਡੇ ਆਪਣੇ ਹਰਮਨ ਪਿਆਰੇ ਪ੍ਰੋਗਰਾਮ ਖਬਰਾਂ ਦੇ ਸਿਰੇ ਦੇ ਵਿੱਚ। ਹੋਏਗੀ ਕਿਸਾਨਾਂ ਦੀ ਗੱਲ, ਨਵੀਂ ਖੇਤੀ ਮਸ਼ੀਨਾਂ, ਬੀਜਾਂ ਤੇ ਬਾਗਾਂ ਦੀ ਗੱਲ, ਲੈ ਕੇ ਚੱਲਾਂਗੇ ਤੁਹਾਨੂੰ ਰੰਗਲੇ ਪੰਜਾਬ ਦੇ ਖੇਤਾਂ ਵੱਲ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਫਾਰਮਿੰਗ ਵਿਦ ਅਮਰਜੀਤ ਵੜੈਚ, ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 7:30 ਵਜੇ D5 ਚੈਨਲ ਪੰਜਾਬੀ ਤੇ। ਕੀ ਹੁੰਦੀ ਹੈ ਜਮ੍ਹਾਂਬੰਦੀ, ਕਿਵੇਂ ਬਣਦੀ ਹੈ ਵਸੀਅਤ, ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਨਾਇਬ ਤਹਿਸੀਲਦਾਰ .com D5 ਚੈਨਲ ਪੰਜਾਬੀ, ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।